ਹਾਂਜੀ ਦੋਸਤੋ ਸਵਾਗਤ ਹੈ ਸਾਡੇ ਚੈਨਲ ਤੇ ਸਿੱਧੇ ਸਾਦੇ ਕੱਪੜੇ ਪਾ ਕੇ ਗਏ ਸੀ 에어ਪੋਰਟ ਤੇ ਲੋਕਾਂ ਨੇ ਬਣਾ ਦਿੱਤਾ ਮਜ਼ਾਕ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੈਨੇਡਾ ਰਹਿੰਦੇ ਬੱਚਿਆਂ ਨੇ ਜਦੋਂ ਆਪਣੇ ਮਾਤਾ ਪਿਤਾ ਨੂੰ ਕੈਨੇਡਾ ਆਪਣੇ ਕੋਲ ਬੁਲਾਇਆ ਤਾਂ ਬੱਚਿਆਂ ਦੇ ਮਾਤਾ ਪਿਤਾ ਦੇ ਬਿਲਕੁਲ ਹੀ ਸੁਧਾਰਨ ਕੱਪੜੇ ਪਾਏ ਹੋਏ ਸੀ ਇਹਨਾਂ ਦੇ ਸਿੱਧੇ ਸਾਦੇ ਕੱਪੜਿਆਂ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਵੱਲੋਂ ਇਹਨਾਂ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਪਰ ਲੋਕਾਂ ਨੂੰ ਕਿਸੇ ਦੇ ਹਾਲਾਤਾਂ ਬਾਰੇ ਕੀ ਪਤਾ ਹੁੰਦਾ ਪਤਾ ਨਹੀਂ ਉਹ ਲੋਕ ਬਿਨਾ ਸੋਚੇ ਸਮਝੇ ਇਹੋ ਜਹੀਆਂ ਗਿਰੀਆਂ ਹੋਈਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਸੋ ਹੋ ਸਕਦਾ ਹੈ ਇਹਨਾਂ ਦੀ ਕੋਈ ਮਜਬੂਰੀ ਹੋਵੇ ਵੈਸੇ ਇਹਨਾਂ ਦੇ ਕੱਪੜਿਆਂ ਵਿੱਚ ਕੋਈ ਇਹੋ ਜਹੀ ਗੱਲ ਲੱਗ ਤਾਂ ਨਹੀਂ ਰਹੀ ਕਿ ਲੋਕਾਂ ਵੱਲੋਂ ਇਹਨਾਂ ਦਾ ਮਜ਼ਾਕ ਬਣਾਇਆ ਜਾਵੇ ਜਾਂ ਮੰਦਾ ਚੰਗਾ ਬੋਲਿਆ ਜਾਵੇ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ